ਲੋਕ ਸਭਾ ਚੋਣਾਂ ਦੇ ਵਿੱਚ ਕੇਂਦਰ ਦੇ ਮੁੱਦੇ ਪੰਜਾਬ 'ਚ ਭਾਰੂ ਰਹਿਣਗੇ ਜਾਂ ਫਿਰ ਪੰਜਾਬ ਦੇ ਆਪਣੇ ਮੁੱਦੇ ਵੋਟਰਾਂ ਦੇ ਦਿਮਾਗ 'ਚ ਘਰ ਕਰਨਗੇ? ਵੋਟ ਪਾਉਣ ਤੋਂ ਪਹਿਲਾਂ ਵੋਟਰ ਕੀ ਸੋਚੂਗਾ? ਅਨੈਲਿਸਿਸ ਹੈ, ਪੱਕਾ ਦਾਅਵਾ ਕਿਸੇ ਦਾ ਨਹੀਂ ਹੁੰਦਾ, ਪਰ ਜੋ ਵੱਡੇ ਲੋਕ ਜਿਨ੍ਹਾਂ ਨੇ ਜ਼ਿੰਦਗੀ ਗੁਜ਼ਾਰੀ ਹੈ ਇਹਨਾਂ ਚੀਜ਼ਾਂ ਦੇ ਵਿੱਚ, ਉਹਨਾਂ ਦੇ ਅਨੈਲਿਸਿਸ ਬਹੁਤ ਲਾਜ਼ਮੀ ਨੇ ਸਾਡੇ ਵਾਸਤੇ। ਸੈਂਟਰਲ ਯੂਨੀਵਰਸਿਟੀ ਦੇ ਚਾਂਸਲਰ ਸਰਦਾਰਾ ਸਿੰਘ ਜੌਹਲ ਸਾਹਿਬ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ। ਜੌਹਲ ਸਾਹਿਬ, ਕੀ ਲੱਗ ਰਿਹਾ ਤੁਹਾਨੂੰ ਕਿ ਕੇਂਦਰ ਦੇ ਮੁੱਦੇ ਹੈ, ਹਿੰਦੁੱਤਵ ਦਾ ਮੁੱਦਾ ਰਿਹਾ, ਰਾਸ਼ਟਰਵਾਦ ਦਾ ਮੁੱਦਾ ਬੀਜੇਪੀ ਬੜਾ ਲੈ ਕੇ ਆ ਰਹੀ ਹੈ, ਉਹ ਭਾਰੂ ਰਹਿਣਗੇ ਜਾਂ ਰਾਹੁਲ ਗਾਂਧੀ ਦੇ ਰਫੇਲ ਡੀਲ ਦੀ ਗੱਲ ਹੋਊ ਜਾਂ ਫਿਰ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ 2 ਸਾਲਾਂ ਦੀ ਜੋ ਰਹੀ ਹੈ, 2.5 ਸਾਲ ਦੀ, ਲੋਕ ਉਹਦੇ 'ਤੇ ਵੋਟ ਪਾਉਣਗੇ? ਦੇਖੋ, ਗੱਲ ਹੈ, ਪੋਲੀਟਿਕਸ ਐਸੀ ਚੀਜ਼ ਹੈ ਕਿ ਇਹਨੂੰ ਸਮਝਣਾ ਬਹੁਤ ਔਖਾ ਹੈ। ਕੋਈ ਡੈਫੀਨੇਟਲੀ ਗੱਲ ਕੀਤੀ ਨਹੀਂ ਜਾ ਸਕਦੀ, ਕਿਉਂਕਿ ਲੋਕ ਇੰਨੀਆਂ ਇਲੈਕਸ਼ਨਾਂ ਦੇ ਬਾਅਦ ਇੰਨੇ ਸਤਰਕ ਨੇ ਹੋ ਗਏ ਨੇ ਜਨ ਇੱਕ ਕੈਟੇਗਰੀ ਕਿ ਉਹਨਾਂ ਦਾ ਅੰਦਾਜ਼ਾ ਲਾਉਣਾ ਬਹੁਤ ਔਖਾ ਹੈ। ਜਿੱਥੋਂ ਤੱਕ ਇਹਨਾਂ ਇਲੈਕਸ਼ਨਾਂ ਦਾ ਸਵਾਲ ਹੈ ਕਿ ਲੋਕ ਪੰਜਾਬ ਦੇ ਮੁੱਦਿਆਂ ਵਾਸਤੇ ਜਿਹੜੇ ਨੇ ਉਹ ਜ਼ਿਆਦਾ ਮਤਲਬ ਕੰਸਰਨਡ ਹੈ। ਨੈਸ਼ਨਲ ਮੁੱਦਿਆਂ ਵਾਸਤੇ ਹੁੰਦੇ ਤਾਂ ਹੈ, ਲੇਕਿਨ ਬਹੁਤੀ ਚੀਜ਼ ਇਹ ਹੁੰਦੀ ਹੈ ਕਿ ਪੰਜਾਬ ਦੀਆਂ ਪ੍ਰੋਬਲਮ ਕੀ ਨੇ, ਅਤੇ ਕੋਈ ਵੀ ਗੌਰਮੈਂਟ ਅੱਜ ਤੱਕ ਜਿੰਨੀ ਆਈ ਆ ਉਹਨਾਂ ਨੇ ਉਹ ਪ੍ਰੋਬਲਮ ਨੂੰ ਸੋਲਵ ਨਹੀਂ ਕੀਤਾ। ਇਹ ਗੌਰਮੈਂਟ ਜਿਹੜੀ ਆ ਕਾਂਗਰਸ ਦੀ, ਬੜੀਆਂ ਉਮੀਦਾਂ ਨਾਲ ਗੌਰਮੈਂਟ ਨੇ ਚੇਂਜ ਕੀਤੀ ਸੀ, ਪਰ ਮੇਰਾ ਖਿਆਲ ਨਹੀਂ ਕਿ ਲੋਕਾਂ ਦੇ ਦਿਲ ਵਿੱਚ ਘਰ ਕਰ ਸਕੀ ਹੈ। ਲੇਕਿਨ ਦੇ ਮੁਕਾਬਲੇ 'ਤੇ ਕੋਈ ਹੋਰ ਪਾਰਟੀ ਵੀ ਨਹੀਂ ਹੈ, ਅਤੇ ਜਿਸ ਤਰ੍ਹਾਂ ਅਕਾਲੀ ਦਲਾਂ ਦੀ ਕੋਈ ਛਵੀ ਥੋੜ੍ਹੀ ਖਰਾਬ ਹੋਈ ਹੈ, ਇਹ ਆਪ ਵਿਖਰਿਆ ਪਿਆ, ਹੋਰ ਕਈ ਪਾਰਟੀਆਂ ਜਿੱਦਾਂ ਖਹਿਰੇ ਦੀਆਂ ਹੈਗੀਆਂ, ਟਕਸਾਲੀ ਹੈਗੇ ਆ, ਇਹ ਮਤਲਬ ਛੋਟੀ ਛੋਟੀਆਂ ਪਾਰਟੀਆਂ ਇਹਨਾਂ ਨਾਲ ਜਿਹੜਾ ਵੋਟ ਬੈਂਕਰ ਜਿਹੜਾ ਉਹ ਡਿਵਾਈਡ ਹੋਇਆ ਪਿਆ। ਤੋ ਬਹੁਤ ਸਾਰੀਆਂ ਸੀਟਾਂ 'ਤੇ ਮੈਂ ਮਹਿਸੂਸ ਕਰਦਾ ਕਿ ਕਾਂਗਰਸ ਜਿਹੜੀ ਆ ਉਹ ਜਿੱਤੇਗੀ ਬਾਈ ਡਿਫਾਲਟ, ਕਿਉਂਕਿ ਮੁਕਾਬਲਾ ਨਹੀਂ ਹੈ। ਪਰ ਮੇਰਾ ਆਪਣਾ ਖਿਆਲ ਹੈ ਕਿ ਇੱਕ ਤਾਂ ਪੰਜਾਬ ਦੇ ਮੁੱਦੇ, ਅਤੇ ਦੂਜੀ ਗੱਲ ਆ ਇਸ ਇਲੈਕਸ਼ਨ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਿ ਜਿਹੜੀ ਕੈਂਡੀਡੇਟ ਦੀ ਕੁਆਲਿਟੀ ਆ ਨਾ, ਜਿਹਦੀ ਉਹਦੀ ਆਪਣੀ ਪਰਸਨੈਲਿਟੀ ਆ, ਜਿਹੜਾ ਉਹ ਆਪਣਾ ਕੰਮ ਕੀਤਾ ਆ, ਜਿਹੜਾ ਉਹਦੀ ਆਪਣੀ ਛਵੀ ਹੈ ਲੋਕਾਂ ਵਿੱਚ, ਉਹ ਮੈਟਰ ਜ਼ਿਆਦਾ ਕਰੇਗੀ ਪਾਰਟੀ ਨਾਲੋਂ। ਅਤੇ ਅਪਰ ਹੈਂਡ 'ਤੇ ਕਾਂਗਰਸ ਦਾ ਹੀ ਲੱਗਦਾ ਆ, ਪਰ ਹੋ ਸਕਦਾ ਕੁਛ ਸੀਟਾਂ ਜਿਹੜੀ ਹੈਗੀਆਂ ਉਹਨਾਂ 'ਚ, ਲੇਕਿਨ ਮੁਕਾਬਲਾ ਜਿਹੜਾ ਉਹ ਬੜਾ ਫਸਮਾ ਹੋਏਗਾ ਇਹ ਦੋਵਾਂ ਪਾਰਟੀਆਂ ਦਾ, ਚਾਹੇ ਅਕਾਲੀ ਅਤੇ ਕਾਂਗਰਸ ਹੈ। ਕੁਛ ਕੈਂਡੀਡੇਟਸ ਜਿੱਦਾਂ ਖਾਲੜਾ ਹੈ, ਉੱਥੇ ਮੁਕਾਬਲਾ ਤਕੜਾ ਹੋਏਗਾ, ਉਹਦੇ ਚਾਂਸਿਸ ਹੈਗੇ ਨੇ। ਜਿੱਦਾਂ ਫਿਰੋਜ਼ਪੁਰ ਦੇ ਵਿੱਚ ਗੁਬਾਇਆ ਹੈ, ਇਸ ਤਰ੍ਹਾਂ ਸੰਗਰੂਰ ਦੇ ਵਿੱਚ ਤੁਹਾਡਾ ਪਰਮਿੰਦਰ ਸਿੰਘ ਹੈ। ਸੋ ਇਹ ਜਿੱਦਾਂ ਆਪਣੇ ਪਰਮਿੰਦਰ ਢੀਂਡਸਾ ਨੂੰ ਤੁਸੀਂ ਮੰਨ ਰਹੇ ਹੋ ਕਿ ਉਹ ਮੁਕਾਬਲਾ ਦੇ ਦੇਣਗੇ ਭਗਵੰਤ ਮਾਨ ਨੂੰ, ਕਿਉਂਕਿ ਜਿਸ ਤਰ੍ਹਾਂ ਦੇ ਸਮੀਕਰਨ ਰਹੇ ਆ ਹੁਣ ਤੱਕ ਬੜੇ ਸਵਾਲੀਆ ਨਿਸ਼ਾਨ ਨੇ? ਦੇਖੋ, ਗੱਲ ਇਹ ਆ ਕਿ ਪਰਮਿੰਦਰ ਢੀਂਡਸੇ ਦੀ ਜਿਹੜੀ ਹੈ ਨਾ ਇੰਪ੍ਰੈਸ਼ਨ ਹੈ ਉਹ ਪੋਜ਼ਿਟਿਵ ਹੈ, ਨੈਗੇਟਿਵ ਨਹੀਂ ਹੈ। ਉਹ ਪਿਛਲੇ ਵਾਲੀ ਵਾਕ ਥਰੂ ਨਹੀਂ ਹੈ ਜਿੱਦਾਂ ਆਪਣਾ ਭਗਵੰਤ ਮਾਨ ਨੂੰ ਮਿਲੀ ਸੀ। ਮੇਰੇ ਖਿਆਲ 'ਚ ਕੈਂਡੀਡੇਟ ਕਾਫੀ ਸਟਰੋਂਗ ਹੈ, ਪਰਸਨਲ ਲੈਵਲ 'ਤੇ ਕਾਫੀ ਸਟਰੋਂਗ ਹੈ। ਸੋ ਇਹ ਡਟ ਕੇ ਮੁਕਾਬਲਾ ਹੋ ਗਿਆ, ਇਹਨੂੰ ਪ੍ਰੈਡਿਕਟ ਕਰਨਾ ਬਹੁਤ ਔਖਾ। ਪਟਿਆਲਾ ਤੁਹਾਨੂੰ ਕਲੀਅਰ ਲੱਗ ਰਿਹਾ ਕਿ ਪ੍ਰਨੀਤ ਕੌਰ ਉੱਥੋਂ ਨੇ, ਔਰ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਤੋਂ ਅਲੱਗ ਹੋਏ ਡਾਕਟਰ ਧਰਮਵੀਰ ਗਾਂਧੀ, ਇਸ ਵਾਰ ਕੋਈ ਫਾਈਟ ਦੇ ਸਕਣਗੇ? ਮੇਰਾ ਖਿਆਲ ਨਹੀਂ ਕਿ ਉਹ ਪ੍ਰਨੀਤ ਕੌਰ ਦਾ ਅਪਰ ਹੈਂਡ ਹੈ, ਔਰ ਉਹ ਮੇਰਾ ਖਿਆਲ ਉੱਥੋਂ ਜ਼ਰੂਰ ਕੱਟ ਜਾਏਗੀ ਸੀਟ। ਗਾਂਧੀ ਦੇ ਕਿਉਂਕਿ ਪਿਛਲੀ ਵਾਰੀ ਜਿਹੜਾ ਜਿੱਤਿਆ ਉਹ ਬਹੁਤ ਆਪ ਦੇ ਸਿਰ 'ਤੇ ਜਿੱਤਿਆ, ਐਤਕੀ ਆਪ ਨਾਲ ਤਾਂ ਬਾਗੀ ਹੋਇਆ ਹੈ, ਅਤੇ ਮੇਰਾ ਖਿਆਲ ਹੈ ਵੀ
ਉਹਦੇ ਮੁਕਾਬਲੇ ਤੇ ਪ੍ਰਨੀਤ ਜਿਹੜੀ ਆ ਸਟਰੋਂਗ ਕੈਂਡੀਡੇਟ ਏਜੰਡਾ ਉਹ ਇਹ ਜ਼ਿਆਦਾ ਲੈ ਕੇ ਚੱਲ ਰਹੇ ਕਿ ਖਸਖਸ ਦੀ ਖੇਤੀ ਨੂੰ ਅਸੀਂ ਪ੍ਰਮੋਟ ਕਰ ਰਹੇ ਤਾਂ ਸ਼ਾਇਦ ਇਹਦੇ ਕਰਕੇ ਦੁਬਾਰਾ ਲੋਕ ਚੂਜ਼ ਕਰ ਲੈਣਗੇ, ਨਸ਼ਿਆਂ ਨੂੰ ਅਸੀਂ ਖਤਮ ਕਰ ਦਿਆਂਗੇ ਪੰਜਾਬ। ਇਹ ਕੋਈ ਐਡਾ ਵੱਡਾ ਮੁੱਦਾ ਨਹੀਂ ਹੈ, ਇਹਨੂੰ ਅਸਲ ਵਿੱਚ ਸ਼ੁਰੂ ਕਰਨ ਵਾਲਾ ਤਾਂ ਮੈਂ ਹਾਂ, ਲੇਕਿਨ ਇਹ ਲੋਕਾਂ ਨੂੰ ਤੁਸੀਂ ਕਹੋ ਵੀ ਇਹਦੇ ਉੱਤੇ ਵੋਟਾਂ ਪੈਣਗੀਆਂ, ਇਹ ਵੋਟਾਂ ਨਹੀਂ ਪੈਣਗੀਆਂ ਇਹਦੇ ਉੱਤੇ। ਦੈ ਉਹ ਤਾਂ ਇਕਨੋਮਿਕ ਮਸਲਾ ਹੈ ਇੱਕ, ਹੈ ਉਹ ਜਿਹੜੀ ਆ ਉਹ ਐਡੀ ਛੇਤੀ ਸਮਝ ਨਹੀਂ ਲੱਗਦੀ ਲੋਕਾਂ ਨੂੰ ਜਿਹੜੀ ਗੱਲ ਮੈਂ ਕਹਿੰਦੀ ਜੇ ਜਿਸ ਤਰੀਕੇ ਨਾਲ ਗੱਲ ਕੀਤੀ ਉਹ ਮੇਰਾ ਤਾਂ ਮੁੱਦਾ ਲੈ ਕੇ ਅੱਗੇ ਉਹਨੇ ਪਾਰਲੀਮੈਂਟ 'ਚ ਵੀ ਸਵਾਲ ਕੀਤਾ ਇਹਦਾ। ਲੇਕਿਨ ਦਿਵੇ ਜਿਸ ਤਰ੍ਹਾਂ ਉਹ ਜਾ ਰਿਹਾ ਵੀ ਜ਼ਰੂਰ ਜ਼ਬਰਦਸਤੀ ਖੇਤੀ ਕਰਨੀ, ਇਹ ਗਲਤ ਗੱਲ ਹੈ। ਉਹ ਤਾਂ ਜਿੰਨਾ ਚਿਰ ਗੌਰਮੈਂਟ ਲਾਅ ਨਹੀਂ ਇਨੈਕਟ ਕਰਦੀ ਜਿੰਨਾ ਚਿਰ ਜੋਬਸ ਨਹੀਂ ਮਿਲਦੀ ਉਹਨਾਂ 'ਚ ਨਹੀਂ ਹੋ ਸਕਦਾ। ਠੀਕ ਹੈ ਇਹ ਜਿਹੜਾ ਬਹੁਤ ਅੱਛੀ ਕਰੋਪ ਹੈ, ਮੈਡੀਸਨਲ ਕਰੋਪ ਹੈ, ਅੰਡਰ ਕੰਟਰੋਲ ਕਰੀ ਜਾਂਦੀ ਹੈ, ਪਰ ਇਹ ਕੋਈ ਮੁੱਦਾ ਨਹੀਂ ਹੈ ਵੀ ਇਹਦੇ ਬਈ ਇਹਦੇ ਸਿਰ 'ਤੇ ਤੁਸੀਂ ਵੀ ਉਹ ਬੂਟਾ ਲੈ ਜਾਏਗਾ, ਇਹ ਮੇਰਾ ਖਿਆਲ ਨਹੀਂ, ਇਹ ਨਹੀਂ ਹੋ ਸਕਦਾ। ਥੋੜ੍ਹਾ ਜਿਹਾ ਜਲੰਧਰ ਵੱਲ ਆਉਣਾ ਚਾਹੁੰਦਾ, ਚਰਨਜੀਤ ਅਡਵਾਲ ਅਕਾਲੀ ਦਲ ਨੇ ਕਮਜ਼ੋਰ ਮੰਨਦੇ ਹੋ ਜਾਂ ਠੀਕ ਪਰਫਾਰਮ ਕਰਕੇ ਜਿੱਤ ਸਕਦੇ? ਮੇਰਾ ਖਿਆਲ ਹੈ ਚਰਨਜੀਤ ਅਡਵਾਲ ਦੀ ਇੰਪ੍ਰੈਸ਼ਨ ਬਹੁਤ ਅੱਛਾ ਹੈ, ਉਹਦੇ ਚਾਂਸਿਸ ਹੈਗੇ ਜਿੱਤਣ ਦੇ। ਇਹ ਨਹੀਂ ਹੈ ਕਿ ਉਹਦੇ ਚਾਂਸਿਸ ਨਹੀਂ ਹੈ, ਕਿਉਂਕਿ ਉਹਦਾ ਜਿਹੜੀ ਉਹਦਾ ਜਿਹੜਾ ਇੰਪ੍ਰੈਸ਼ਨ ਹੈ ਨਾ ਕਿ ਭਲੇ ਮਾਨਸਰ ਇੰਪ੍ਰੈਸ਼ਨ ਹੈ ਅਤੇ ਲੋਕ ਉਹਨੂੰ ਲਾਈਕ ਕਰਦੇ ਆ। ਜੋਲ ਸਾਹਿਬ, ਕੇਂਦਰ ਵੱਲ ਲੈ ਜਾਣਾ ਚਾਹੁੰਦਾ, ਸਵਾਲ ਇਹ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਭਾਜਪਾ ਚੱਲੀ ਹੈ ਪਿਛਲੇ 4-5 ਸਾਲਾਂ, ਜਿਸ ਤਰ੍ਹਾਂ ਸਾਰੇ ਮੁੱਦੇ ਰਹੇ ਨੇ, 3 ਤਲਾਕ ਦਾ ਮੁੱਦਾ ਰਿਹਾ, ਹਿੰਦੁੱਤਵ ਦਾ, ਰਾਮ ਮੰਦਰ ਦਾ, ਹੁਣ ਆ ਪੁਲਵਾਮਾ ਦੇ ਅਟੈਕ ਤੋਂ ਬਾਅਦ ਲਗਾਤਾਰ ਇੱਕ ਦੂਜੇ 'ਤੇ ਅਟੈਕਸ ਹੋਏ ਨੇ, ਇਹ ਸਾਰੇ ਮੁੱਦੇ ਭਾਜਪਾ ਦੇ ਆ ਬੇੜਾ ਪਾਰ ਕਰਾ ਦੇਣਗੇ? ਮੇਰੇ ਖਿਆਲ ਤਾਂ ਭਾਜਪਾ ਦੇ ਵਰਖਿਲਾਫ਼ ਜਾਣਗੇ, ਮੈਂ ਸੋਚਦਾ, ਕਿਉਂਕਿ ਇੱਕ ਹਾਈਪ ਦਿੱਤੀ ਹੈ, ਲੋਕ ਨਹੀਂ ਚਾਹੁੰਦੇ ਕਿ ਜਿਹੜਾ ਆਰਮੀ ਦੇ ਕੋਈ ਵੀ ਐਕਸ਼ਨ ਜਿਹੜਾ ਉਹਨੂੰ ਕੋਈ ਕ੍ਰਿਟੀਸਾਈਜ਼ ਕੀਤਾ ਜਾਵੇ, ਹੈਂ। ਇਹ ਮਤਲਬ ਦੂਜੇ ਜਿਹੜੇ ਛੋਟੇ ਛੋਟੇ ਮੁੱਦੇ ਹੈਗੇ ਆ ਉਹ ਦੇ ਆਰ ਨਾਟ ਦੇ ਡੋਂਟ ਮੈਟਰ ਐਟ ਦਿਸ ਸਟੇਜ। ਇਹ ਤਾਂ ਜਿਹੜੀ ਹੈ ਇੱਕ ਜਿਹੜੀ ਵੇਵ ਮੋਦੀ ਦੇ ਹੱਕ ਵਿੱਚ ਚੱਲੀ ਸੀ ਪਿਛਲੀ ਇਲੈਕਸ਼ਨਾਂ 'ਚ, ਉਹ ਵੇਵ ਹੁਣ ਨਹੀਂ ਹੈ, ਨੁਕਸਾਨ ਹੋਊਗਾ ਮੇਰਾ ਖਿਆਲ ਹੈ ਤਾਂ ਇਹਨਾਂ ਦਾ, ਮੇਰੀ ਆਪਣੀ ਸਮਝ ਦਾ ਤਾਂ ਨੁਕਸਾਨ ਹੋਏਗਾ, ਉਹ ਭਾਵੇਂ ਸਮਝਦੇ ਹੋਣ ਕਿ ਫਾਇਦਾ ਹੋਏਗਾ, ਮੇਰੇ ਖਿਆਲ 'ਚ ਨੁਕਸਾਨ ਹੋਏਗਾ। ਚੌਲ ਸਾਹਿਬ ਕੀ ਸੋਚਦੇ ਆ ਕੇਂਦਰ 'ਚ ਸਰਕਾਰ ਕਿਹਦੀ ਦੇਖਦੇ ਹੋ ਤੁਸੀਂ? ਦੇਖੋ ਇਹ ਪ੍ਰੈਡਿਕਟ ਕਰਨਾ ਬਹੁਤ ਔਖਾ, ਮੈਂ ਸਮਝਦਾ ਕਿ ਦੇਖੋ ਮੈਂ ਜੋ ਮੇਰੀ ਅਸੈਸਮੈਂਟ ਹੈ, ਜਿਹੜੇ ਬਾਹਰਲੀ ਕੰਟਰੀ ਹੁੰਦੀ ਹੈ ਨਾ ਉਹਨਾਂ ਦੀਆਂ ਜਿਹੜੀਆਂ ਸੀਕਰੇਟ ਸਰਵਿਸਿਸ ਹੁੰਦੀਆਂ ਨਾ ਉਹ ਬਹੁਤ ਸਟਰੋਂਗ ਹੁੰਦੀਆਂ। ਹੁਣ ਤੁਸੀਂ ਪਾਕਿਸਤਾਨ ਦਾ ਦਾ ਲਓ, ਇਮਰਾਨ ਨੇ ਕੀ ਬਿਆਨ ਦਿੱਤਾ ਕਿ ਸਾਨੂੰ ਜਿਹੜਾ ਮੋਦੀ ਨਾਲ ਜਿਹੜਾ ਹੈਗਾ ਸੈਟਲ ਕਰਨੇ ਇਸ਼ੂ ਸੌਖੇ ਹੈ, ਜਿਸ ਬਾਰੇ ਵੀ ਕਹਿ ਸਕਦੇ। ਇਹਦਾ ਮਤਲਬ ਉਹਨਾਂ ਦੇ ਆਪਣੇ ਅੰਦਾਜ਼ ਦੇ ਮੁਤਾਬਕ ਮੋਦੀ ਇਜ਼ ਕਮਿੰਗ ਟੂ ਪਾਵਰ, ਹੈਂ। ਇਸ ਤਰ੍ਹਾਂ ਤੁਸੀਂ US ਰਸ਼ੀਆ ਦੇਖ ਲਓ, ਉਹਨਾਂ ਨੇ ਇਹਨਾਂ ਨੂੰ ਅਵਾਰਡ ਦਿੱਤਾ ਆਪਣਾ ਹਾਈਐਸਟ, ਕਿਉਂ ਦਿੱਤਾ? ਉਹਨਾਂ ਦੀ ਅਸੈਸਮੈਂਟ ਜਿਹੜੀ ਆ, ਇਹ ਮੈਂ ਤਾਂ ਇਹ ਦੋ ਤੁਹਾਨੂੰ ਲਾਦਾ ਲਾਉਣਾ ਕਿ ਹੋਲ ਕੰਟਰੀ ਦੀ ਜਿਹੜੀ ਲੀਡਰਸ਼ਿਪ ਹੈ ਦੋਹਾਂ ਦੀ, ਉਹ ਇਹ ਕਰ ਲਈ ਹੈ ਕਿ ਮੋਦੀ ਪਾਵਰ ਜਾਏਗਾ, ਹੈਂ। ਤੋ ਇੱਥੇ ਜਿਹੜਾ ਸਿਸਟਮ ਹੈ ਇੱਥੇ 2-3 ਕੈਟੇਗਰੀਜ਼ ਨੇ, ਇੱਕ ਕੈਟੇਗਰੀ ਜਿਹੜੀ ਖਰੀਦੀ ਜਾ ਸਕਦੀ ਹੈ ਉਹ ਤਾਂ ਜਿਹੜਾ ਪੈਸੇ ਦੇ ਗਿਆ ਲੈ ਗਿਆ, ਅਨਫੋਰਚੁਨੇਟ ਪਾਰਟ ਹੈ, ਇਫੈਕਟ ਹੈ ਕਿ ਪੈਸਾ ਜਿਹੜਾ ਚੱਲਦਾ ਉਹ ਕਰਦਾ, ਔਰ BJP ਕੋਲ ਪੈਸੇ ਦੀ ਕੋਈ ਕਮੀ ਨਹੀਂ ਹੈ, ਹੈਂ। ਜਾਂ ਦੂਜੀ ਕੈਟੇਗਰੀ ਜਿਹੜੀ ਆਪਣਾ ਉਹ ਮੁੱਠ ਖੋਲ੍ਹਦੀ ਨਹੀਂ, ਉਹ ਦੱਸਦੀ ਨਹੀਂ ਕਿਸੇ ਨੂੰ, ਉਹ ਬੜੀ ਸ਼ੈਤਾਨ ਹੋਈ ਹੈ ਜਾਂ ਚਲਾਕ ਹੋਈ ਹੈ, ਉਹ ਆਪਣਾ ਰਾਜ਼ ਨਹੀਂ ਦੱਸਦੀ। ਸੋ ਇਹ ਦੋ ਕੈਟੇਗਰੀ ਜਿਹੜੀ ਹੈਗੀਆਂ, ਪੜ੍ਹੇ ਲਿਖੇ ਲੋਕ ਇਹਨਾਂ ਦਾ ਜਿਹੜਾ ਹੈਗਾ ਕੋਈ ਇਹਦਾ ਵੋਟਿੰਗ ਹੀ ਬਹੁਤ ਘੱਟ ਹੈ,
ਹੁਣ ਅਸੀਂ ਕਹਿੰਦੇ ਮੈਨੂੰ ਕਹਿਣਾ ਨਹੀਂ ਚਾਹੀਦਾ, ਪਰ ਫੈਕਟ ਇਹ ਆ ਜੇ ਤਾਂ ਪੋਲੀਟੀਕਲੀ ਦੇਖਾਂ ਤਾਂ ਕਿ ਮੋਦੀ ਸਾਹਿਬ ਕਹਿੰਦੇ ਜੀ ਝੂਠ ਬੋਲਦੇ ਆ, ਠੀਕ ਹੈ ਨਾ। ਹੁਣ 10,000 ਬੰਦਾ 15,000 ਬੰਦਾ ਬੈਠਾ, ਮੋਦੀ ਸਾਹਿਬ ਨੇ ਐਨ ਉਹਨਾਂ ਨੂੰ ਇੰਪ੍ਰੈਸ ਕਰਤਾ, ਚਲੋ ਝੂਠ ਬੋਲਿਆ ਉਹਨੇ, ਹੈਂ ਬੜੇ ਕਰਤਾ, ਜਾਣਦੇ ਕਿੰਨੇ ਕਿਹਾ ਵੀ ਜਿਹਨੂੰ ਝੂਠ ਪਤਾ ਝੂਠ ਹੈ, ਬੜੀ ਗੱਲ 100 ਬੰਦਾ ਜਾਣਦਾ ਹੋਊ, ਹੈ। ਸੋ ਉਹਦੀ ਇੱਕ ਪਰਟੀਕੁਲਰ ਸਟ੍ਰੈਟਜੀ ਹੈ ਜੋ ਮਹਿਸੂਸ ਕਰਦਾ ਮੈਂ, ਕਿ ਜਿਹੜਾ ਕੰਮ ਕਰਨਾ ਧੜੱਲੇ ਨਾ ਕਰਨਾ, ਝੂਠ ਬੋਲਣਾ ਉਹ ਵੀ ਦੱਬ ਕੇ ਬੋਲਣਾ, ਹੈ, ਜਿਹੜੀ ਗੱਲ ਕਹਿਣੀ ਉਹ ਜਾਂ ਜੋਸ਼ ਨਾ ਕਰਨੀ, ਉਸ ਝੂਠ ਵੀ ਸੱਚ ਲੱਗੇ, ਹਾਂ ਝੂਠ ਵੀ ਸੱਚ ਲੱਗੇ। ਸੋ ਇਹ ਗੱਲ ਹੈ, ਮੋਦੀ ਇਜ਼ ਏ ਵੈਰੀ ਸਟਰੋਂਗ ਲੀਡਰ। ਰਾਹੁਲ ਗਾਂਧੀ ਨੂੰ ਤੁਸੀਂ, ਕਿਉਂਕਿ ਲਗਾਤਾਰ ਉਹਨਾਂ ਦੀ ਸਵਾਲ ਹੋਏ ਨੇ ਕਿ PM ਕੱਦ ਦੇ ਦਾਅਵੇਦਾਰ ਹੈਗੇ ਹੈ ਕਿ ਨਹੀਂ ਹੈਗੇ, ਉਸ ਲੈਵਲ ਦੇ ਉਹ ਹੈਗੇ ਕਿ ਨਹੀਂ ਹੈਗੇ, ਜਿਸ ਤਰ੍ਹਾਂ ਦੇ ਓਰੇਸ਼ਨਸ ਉਹਨਾਂ ਦੀ ਓਰੇਟਰ ਜਿੱਦਾਂ ਦੇ ਹੈਗੇ, ਪਿੱਛੇ ਸਪੀਚਸ ਹੋਈਆਂ ਜਾਂ ਜੋ ਵੀ ਉਹ ਪਾਰਟੀ ਨੂੰ ਅੱਗੇ ਲਗਾਏ ਨੇ, ਤੁਸੀਂ ਸਮਝਦੇ ਹੋ ਮੁਕਾਬਲੇ 'ਚ ਹੈਗੇ ਹੋ? ਸੁਣੋ ਮੇਰੀ ਗੱਲ, ਕਿਉਂਕਿ ਮੈਂ ਤਾਂ ਬੜੀ ਲੌਂਗ ਦਾ ਦੱਸਦਾ। ਜਦੋਂ ਇੰਦਰਾ ਗਾਂਧੀ ਆਈ ਸੀ, ਉਹਨੂੰ ਕਹਿੰਦੇ ਸੀ ਮਹਾਰਾਜ ਡਿਸਾਈਡ ਹੋਣ, ਕਹਿੰਦੇ ਕਿ ਕੁੜੀ ਹੈਗੀ ਹੈ ਕਿ ਕਿਹੜੀ ਗੱਲ ਹੈ, ਪਰ ਉਹਨੇ ਸਾਰੇ ਰਗੜ ਕੇ ਰੱਖਤੇ ਕਿ ਨਹੀਂ। ਫਿਰ ਰਾਜੀਵ ਗਾਂਧੀ ਜੀ ਪਹਿਲੀ ਸਪੀਚ ਦੇਖੋ ਜਾਂ ਟੀਵੀ 'ਤੇ ਬੋਲਿਆ ਸੀ, ਉਹ ਬੋਲ ਨਹੀਂ ਸਕਦਾ, ਬਟ ਹੀ ਇੰਪ੍ਰੈਸ ਦੀ ਕੰਟਰੀ, ਠੀਕ ਨਾ। ਹੁਣ ਜਿੰਨਾ ਚਿਰ ਤੁਸੀਂ ਉਹਨੂੰ ਪੋਜੀਸ਼ਨ ਦਿੰਦੇ ਨਹੀਂ, ਉਨੀ ਦੇਰ ਹਾਊ ਕੈਨ ਯੂ ਜੱਜ ਦੀ ਮੈਨ। ਕਿਸੇ ਦਾ ਬੋਲਣਾ, ਸਪੀਚ ਕਰਨਾ, ਉਹ ਕਿਸੇ ਦੇ ਐਕਸ਼ਨ ਆਉਣਾ ਬੜਾ ਡਿਫਰੈਂਟ ਹੈ। ਅਨਲੈਸ ਅੰਟਲ ਯੂ ਟੈਸਟ ਸਮ ਬਣੀ, ਤੁਹਾਨੂੰ ਨਹੀਂ ਪਤਾ ਲੱਗਦਾ। ਸੋ ਇਹਨੂੰ ਹੁਣ ਹੀ ਕਹਿ ਦੇਣਾ ਵੀ ਨਹੀਂ, ਉਹ ਚੀਫ ਮਿਨਿਸਟਰ ਹੈ, ਪ੍ਰਾਈਮ ਮਿਨਿਸਟਰ ਦੇ ਹੱਕ 'ਚ ਨਹੀਂ ਹੱਕ 'ਚ, ਮੈਂ ਨਹੀਂ ਸਮਝਦਾ ਵੀ ਇਹ ਕੋਈ ਬੰਦਾ ਵੀ ਜਿਹੜਾ ਕੁਰਸੀ 'ਤੇ ਬਹਿੰਦਾ ਨਾ, ਉਹ ਜਦੋਂ ਕੁਰਸੀ ਤੋਂ ਬਾਹਰ ਹੁੰਦਾ ਉਹਦੇ ਨਾਲ ਡਿਫਰੈਂਟ ਹੁੰਦਾ, ਹੈਂ। ਉਹ ਕੀ ਹੋਏਗਾ, ਸਕਸੀਡ ਹੋਏਗਾ ਜਾਂ ਨਹੀਂ ਹੋਏਗਾ, ਇਹ ਤਾਂ ਪਤਾ ਲੱਗੇਗਾ ਜੀ ਉਹ ਕੁਰਸੀ 'ਤੇ ਬੈਠੇਗਾ, ਉਦੋਂ ਪਹਿਲਾਂ ਜਜਮੈਂਟ ਕਰਨੀ ਹੈ ਤਾਂ ਗਲਤ ਹੈ। ਕਾਂਗਰਸ ਕੋਲ ਪੰਜਾਬ ਰਿਹਾ ਹੈ ਮੇਨ ਤੌਰ ਦੇ ਉੱਤੇ, ਸਟੇਟਸ ਦੀ ਗੱਲ ਕਰੀਏ ਤਾਂ ਹਾਲਾਂਕਿ ਕਰਨਾਟਕਾ ਦੇ ਵਿੱਚ ਸਰਕਾਰ ਉੱਪਰ ਬੜੀ ਔਖੀ ਬਣੀ, ਪੰਜਾਬ 'ਚ ਇੱਕ ਸਿੱਧੀ ਮੈਜੋਰਟੀ ਵਾਲੀ ਸਰਕਾਰ ਬਣੀ ਹੈ। ਪੰਜਾਬ ਸਰਕਾਰ ਨੇ ਜੋ 2 ਸਾਲਾਂ 'ਚ ਕੀਤਾ, ਤੁਸੀਂ ਐਜ਼ ਇਕੋਨੋਮਿਸਟ ਵੀ ਅਤੇ ਇੱਕ ਐਜ਼ ਸੋਸ਼ਲ ਪਰਸਨ ਵੀ, ਕਿਵੇਂ ਦੇਖਦੇ ਹੋ? ਤੁਸੀਂ ਮੈਥੋਂ ਇਕੋਨੋਮਿਸਟ ਪੁੱਛਦੇ ਹੋ ਤਾਂ ਮੈਂ ਸਮਝਦਾ ਪਿਛਲੇ 20 ਸਾਲਾਂ ਤੋਂ, 10 ਸਾਲ ਇਹਨਾਂ ਦੇ ਪਹਿਲੇ, ਹੁਣ ਦੇ ਅਕਾਲੀਆਂ ਦੇ 5 ਸਾਲ, ਉਦੋਂ ਪਹਿਲਾਂ ਦੇ 5 ਸਾਲ, ਪਿਛਲੀ ਕਾਂਗਰਸ ਦੇ 20 ਸਾਲ, ਇਹਨਾਂ ਨੂੰ ਜੋ ਕਰਨਾ ਸੀਗਾ ਇਕਨੋਮਿਕ ਦੇ ਆਸਪੈਕਟ ਨਾਲ ਤਾਂ ਉਹ ਕੀਤਾ ਨਹੀਂ ਇਹਨਾਂ ਨੇ, ਪੰਜਾਬ ਦਾ ਸੱਤਿਆਨਾਸ਼ ਮਾਰਿਆ। ਹੁਣ ਦੇਖੋ, ਸਭ ਬੇਸਿਕ ਚੀਜ਼ ਹੈ, ਪੰਜਾਬ ਦਾ ਪਾਣੀ ਹੈ, ਫ੍ਰੀ ਬਿਜਲੀ ਦੇ ਕੇ ਇਹਨੇ ਇੱਕ ਡਿਜ਼ਰਟੀਫਿਕੇਸ਼ਨ ਜਿਹੜੀ ਹੈ ਨਾ, ਇੱਕ ਡੈਜ਼ਰਟ ਪੈਦਾ ਕਰਨ ਦਾ ਇੱਕ ਪ੍ਰੋਸੈਸ ਸ਼ੁਰੂ ਕਰ ਦਿੱਤਾ। ਸਬਸਿਡੀ ਫਾਰਮਰਸ ਨੂੰ ਚਾਹੀਦੀ ਹੁੰਦੀ ਆ, ਹਰ ਸੂਰਤ ਵਿੱਚ ਚਾਹੀਦੀ ਹੁੰਦੀ ਆ, ਇਹਨੋਂ ਵੀ ਜ਼ਿਆਦਾ ਚਾਹੀਦੀ ਹੈ, ਪਰ ਇਹਦੇ ਤਰੀਕੇ ਆ ਦੇਣ ਦੇ, ਉਹ ਸੁਣਨ ਨੂੰ ਤਿਆਰ ਨਹੀਂ। ਅੱਛਾ, ਦੂਜੀ ਗੱਲ ਆ, ਜਿੰਨੇ ਵੀ ਅੱਜ ਤੱਕ ਇਲੈਕਸ਼ਨਾਂ ਦੇ ਮੈਨੀਫੈਸਟੋ ਦੇ ਵਿੱਚ ਇਹਨੇ ਲਿਖੇ ਆ, ਸਾਰੀਆਂ ਪਾਰਟੀਆਂ ਨੇ, ਕੋਈ ਪਾਰਟੀ ਉਸ ਮੈਨੀਫੈਸਟੋ 'ਤੇ ਟਿਕੀ ਆ? ਕਾਂਗਰਸ ਜਾਂ ਅਕਾਲੀ ਜਿਹੜੇ ਵੀ ਮੈਨੀਫੈਸਟੋ ਦੇ ਦਿੱਤੇ ਆ, ਉਹ ਤਾਂ ਭੁੱਲ ਜਾਂਦੇ ਆ ਉਦੋਂ ਬਾਅਦ। ਹਰ ਗੌਰਮੈਂਟ ਨੇ ਗੌਰਮੈਂਟ ਲੋਕਾਂ ਨੂੰ ਡਿਸਅਪੁਆਇੰਟ ਕੀਤਾ, ਪਰ ਇਸ ਗੌਰਮੈਂਟ ਨੇ ਵੀ ਕੀਤਾ ਔਰ ਕਰ ਰਹੀ ਹੈ, ਕਿਉਂਕਿ ਵਾਅਦੇ ਹੀ ਐਸੇ ਕੀਤੇ ਹੋਏ ਆ ਜਾਂ ਇਹ ਕਰਦੇ ਆ ਸਾਰੀਆਂ ਪਾਰਟੀਆਂ, ਇਹ ਪੂਰੇ ਨਹੀਂ ਹੋ ਸਕਦੇ। ਉਹ ਕਹਿ ਰਹੇ ਆ ਕਿ ਅਸੀਂ ਕਰਜ਼ਾ ਮਾਫ਼ ਕਰਨ ਦਾ ਵਾਅਦਾ ਕੀਤਾ ਸੀ, ਉਹ ਪੂਰਾ ਕਰਤਾ ਅਸੀਂ। ਇਹ ਜਿਹੜਾ ਨਾ ਇਹ ਡਰਾਮਾ, ਮੈਂ, ਮੇਰੇ 4 ਸਵਾਲ ਹੈ ਕਰਜ਼ੇ 'ਤੇ। ਮੈਂ ਕਹਿੰਦਾ ਜਿਹਨਾਂ ਬੰਦਿਆਂ ਨੇ ਕਰਜ਼ਾ ਨਹੀਂ ਲਿਆ ਉਹਨਾਂ ਨੇ, ਉਹਨਾਂ ਦਾ ਕੀ ਗਲਤੀ ਹੈ? ਜਿਹਨਾਂ ਨੇ ਕਰਜ਼ੇ ਵਾਪਸ ਕਰਤੇ ਉਹਨਾਂ ਨੇ ਕੀ ਗਲਤੀ ਕੀਤੀ ਹੈ? ਜਿਹੜਾ ਬੰਦਾ ਪੈਸੇ ਕਰਜ਼ਾ ਵਾਪਸ ਕਰ ਸਕਦਾ ਕਿਉਂ ਨਾ ਕਰੇ? ਚਾਹੇ ਉਹ ਐਗਰੀਕਲਚਰ ਦਾ ਹੋਵੇ, ਚਾਹੇ ਇੰਡਸਟਰੀ ਦਾ ਹੋਵੇ, ਕੋਈ ਵੀ ਹੋਵੇ, ਉਹ ਕਿਉਂ ਵਾਪਸ ਨਾ ਕਰੇ? ਔਰ ਤੀਜੀ ਗੱਲ ਇਹ, ਕਰਜ਼ਾ ਕਿਸੇ ਸਾਰੇ ਸੈਕਟਰ ਨੇ ਲਿਆ ਹੋਇਆ? ਕਰਜ਼ਾ ਤਾਂ ਇੰਡੀਵਿਜੁਅਲ ਨੇ ਲਿਆ ਹੋਇਆ, ਉਹਨਾਂ ਨੂੰ ਤਰੀਕੇ ਦੱਸੇ ਹੋਏ ਵੀ ਕਿੱਦਾਂ ਡੀਲ ਕਰਨਾ।
ਤੁਸੀਂ ਆਪਣੇ ਅਮਰਿੰਦਰ ਸਿੰਘ ਨੂੰ ਮੈਂ ਗੱਲ ਕਹੀ ਸੀ ਢੀਂਡ ਸਿੰਘ ਨੂੰ, ਔਰ ਉਹਨੇ ਉਹ ਐਕਟ ਵੀ ਪਾਸ ਕੀਤਾ ਹੋਇਆ ਕਿ ਹਰ ਡਿਸਟ੍ਰਿਕਟ ਦੇ ਲੈਵਲ ਦੇ ਉੱਤੇ ਇੱਕ ਪੈਨਲ ਜਿਹੜਾ ਉਹ ਬਣਾਇਆ ਜਾਵੇ, ਉਹ ਪੈਨਲ ਜਿਹੜਾ ਆ ਜਿਹਨੂੰ ਇਹ ਮੁਸ਼ਕਲ ਆਉਂਦੀ ਆ ਕਰਜ਼ੇ ਦੀ, ਉਹਦੇ ਕੋਲ ਪ੍ਰਜੈਂਟ ਕਰੇ ਆਪਣਾ ਕੇਸ, ਉੱਥੇ ਕਰਜ਼ਾ ਦੇਣ ਵਾਲਾ ਵੀ ਕਰਜ਼ਾ ਲੈਣ ਵਾਲਾ ਬਿਠਾ ਲਓ, ਉਹ ਰੀਰਾਈਟ ਹੋ ਸਕਦਾ, ਵਨ ਟਾਈਮ ਸੈਟਲਮੈਂਟ ਹੋ ਸਕਦੀ ਆ, ਔਰ ਜੇ ਮਾਫ਼ ਕਰਨਾ ਮਾਫ਼ ਕਰ ਦਿਓ, ਉੱਥੇ ਗੌਰਮੈਂਟ ਦਾ ਬਰਡਨ ਵੀ ਘੱਟ ਹੋਏਗਾ, ਔਰ ਉਹਦੇ ਨਾਲ ਜਿਹੜਾ ਹੈਗਾ ਜਿਹੜਾ ਜਿਹਨੂੰ ਅਸਲੀ ਮੈਨੇਜਮੈਂਟ ਲੋੜ ਆ ਪੂਰੀ ਹੋ ਜਾਏਗੀ। ਇਹ ਲਿਮਿਟ ਕੀ ਹੈ, 50,000 ਰੁਪਈਆ, 1,00,000 ਰੁਪਈਆ, 2,00,000 ਰੁਪਏ ਕਹੇ ਤਾਂ ਉਹਨਾਂ ਕੋਲ ਕਰਜ਼ੇ ਮਾਫ਼ ਹੁੰਦੇ ਆ। ਲੋਕ ਤਾਂ ਜਿਹੜੇ 20-20 ਲੱਖ ਦੇ ਵਿੱਚ ਵੀ ਜੈਨੂਨ ਫਸੇ ਹੋਏ ਆ, ਉਹ ਕਿੱਥੇ ਜਾਣ? ਸੋ ਜਿੱਥੇ ਜੈਨੂਨ ਕੇਸ ਹੈ ਉਹ ਮਾਫ਼ ਵੀ ਕੀਤਾ ਜਾ ਸਕਦਾ, ਪਰ ਇਹ ਥੋੜ੍ਹਾ ਵੀ ਅਨਬਲੌਕ ਕਰ ਦਿਓ, ਜਿਹਨੂੰ ਨਹੀਂ ਲੋੜ ਉਹਨੂੰ ਵੀ ਦੇ ਦਿਓ, ਇਹ ਤਾਂ ਪੈਸਾ ਬਰਬਾਦ ਕੀਤਾ ਇਹਨਾਂ ਨੇ। ਆਹੋ, ਸੋ ਇਸ ਤੋਂ ਇਲਾਵਾ ਇੱਕ ਜਿਹੜਾ ਨਿਆਏ ਦੇ ਤਹਿਤ 72,000 ਰੁਪਇਆ ਸਾਲ ਦਾ ਰਾਹੁਲ ਗਾਂਧੀ ਕਹਿ ਰਹੇ ਅਸੀਂ ਗਰੀਬਾਂ ਨੂੰ ਦੇਵਾਂਗੇ, ਐਜ਼ ਐਨ ਇਕਨੋਮਿਸਟ ਉਹਨੂੰ ਕਿਵੇਂ ਦੇਖਦੇ ਹੋ? ਬੜਾ ਜ਼ਰੂਰੀ ਹੈ, ਪੂਰੇ ਮੁਲਕ ਦੇ ਵਿੱਚ ਇਹ ਪ੍ਰਚਾਰ ਹੈ ਕਿ 6,000 ਰੁਪਇਆ ਮਹੀਨਾ ਤੁਹਾਡੇ ਘਰ ਤਾਂ ਹੀ ਪਹੁੰਚਿਆ ਕਰੂਗਾ। ਉਹ ਤਾਂ ਮੋਦੀ ਨੇ ਵੀ ਕਿਹਾ ਕਿਸਾਨਾਂ ਵਾਸਤੇ, ਇਹਨਾਂ ਵੀ ਕਿਹਾ ਵੀ ਇਹਦੀ ਬਜਾਏ ਦੇਣ ਦੇ ਬਜਾਏ ਤੁਸੀਂ ਇੰਨੇ ਅਦਰ ਅਲਟਰਨੇਟਿਵ ਹੈਗੇ ਆ ਕਿ ਇਹ ਪੈਸਾ ਤੁਸੀਂ ਕਰਕੇ ਉਹਨਾਂ ਨੂੰ ਇੰਪਲਾਇਮੈਂਟ ਕ੍ਰੀਏਟ ਕਰ ਸਕਦੇ ਹੋ। ਦੇਖੋ ਹਿੰਦੁਸਤਾਨ ਦੇ ਵਿੱਚ 84% ਜਿਹੜੀ ਫਾਰਮਰਸ ਨੇ ਉਹ ਸਮਾਲ ਅਤੇ ਜਿਹੜੇ ਹੈਗੇ ਨੇ ਉਹ ਮਾਰਜਨਲ ਫਾਰਮਰ ਹੈ। ਉਹਨਾਂ ਨੂੰ ਅਗਰ ਪੈਸੇ ਦੇ ਵੀ ਦਿਓਗੇ ਹੈਂ, ਔਰ ਉਹ ਕੀ ਪ੍ਰੋਡਿਊਸ ਕਰ ਲੈਣਗੇ ਜਿਹਦੇ ਨਾਲ ਉਹ ਆਪਣੀ ਰੋਟੀ ਰੋਟੀ ਕਮਾ ਸਕਦੇ ਆ? ਅਤੇ ਜੇ ਪ੍ਰੋਡਿਊਸ ਕਰ ਵੀ ਲੈਣਗੇ ਤਾਂ ਮਾਰਕੀਟ ਕਿੱਥੇ ਆ? ਅਸੀਂ ਕਹਿੰਦੇ ਹਾਂ ਜੀ ਹਾਈ ਵੈਲਿਊ ਕਰੋਪ ਪੈਦਾ ਕਰੋ, ਮੈਡੀਸਨਲ ਕਰੋਪ ਪੈਦਾ ਕਰੋ, ਇੱਥੇ 4 ਆਲੂ ਪੈਦਾ ਹੁੰਦੇ ਉਹ ਸੜਕਾਂ ਡੋਲਦੇ ਆ, 4 ਲੀਟਰ ਦੁੱਧ ਦੇ ਪੈਦਾ ਹੁੰਦੇ ਉਹ ਲੋਕ ਡੋਲਦੇ ਫਿਰਦੇ ਆ। ਸੋ ਇਹ ਆਨਸਰ ਨਹੀਂ ਹੈ, ਆਨਸਰ ਇਹ ਆ ਕਿ ਪਿੰਡਾਂ ਦੇ ਵਿੱਚ ਸਮਾਲ ਅਤੇ ਮੀਡੀਅਮ ਇੰਡਸਟਰੀ ਨੂੰ ਸਪਰੈਡ ਕੀਤਾ ਜਾਵੇ ਤਾਂ ਕਿ ਨੌਜਵਾਨ ਘਰੋਂ ਉੱਠਣ, ਘਰੋਂ ਉੱਠ ਕੇ ਅਤੇ ਜਾ ਕੇ ਉਹ ਆਪਣੇ ਕੰਮ ਕਰਦੇ ਨੇ, ਰਾਤ ਨੂੰ ਘਰ ਆ ਜਾਣ, ਔਰ ਤਕਾਲਾਂ ਸਵੇਰ ਨੂੰ ਛੁੱਟੀ ਵਾਲੇ ਦਿਨ ਆਪਣੀ ਜਿਹੜੀ ਆਪਣੀ ਖੇਤੀ ਵੱਲ ਦੇਖ ਲੈਣ। ਛੋਟੇ ਫਾਰਮਰ ਦੀ ਗੱਲ ਕਰ ਰਿਹਾ ਮੈਂ, ਔਰ ਉਹਦੇ ਨਾਲ ਸਰਵਿਸ ਸੈਂਟਰ ਕੋਲ ਮੈਂ ਨਾ ਪੂਰਾ ਸਿਸਟਮ ਦਿੱਤਾ ਹੋਇਆ ਉਸ ਪਾਸੇ ਨੂੰ, 5 ਸਾਲਾਂ ਵਿੱਚ ਇਹ ਪੰਜਾਬ ਦਾ ਮੂੰਹ ਮੋੜ ਸਕਦੇ ਸੀ। ਕੈਪਟਨ ਸਾਹਿਬ ਨੂੰ ਸਾਰਿਆਂ ਨੂੰ ਦਿੱਤਾ, ਮੈਂ ਇਲੈਕਸ਼ਨ ਤੋਂ ਪਹਿਲਾਂ ਦਿੱਤਾ ਆ, ਇਲੈਕਸ਼ਨ ਤੋਂ ਪਹਿਲਾਂ ਮੈਂ ਇੱਕ ਲੈਕਚਰ ਦਿੱਤਾ ਸੀ, ਉਹਦੇ ਵਿੱਚ ਮੈਂ ਏਜੰਡਾ ਦਿੱਤਾ ਸੀ ਪੰਜਾਬ ਨੂੰ ਕਿੱਦਾਂ ਰੀਸਟਰਕਟ ਕੀਤਾ ਜਾ ਸਕਦਾ। ਉਹਦੀ ਕਾਪੀ ਮੈਂ ਕੈਪਟਨ ਸਾਹਿਬ ਨੂੰ ਆਪਣੇ ਹੱਥੀਂ ਦਿੱਤੀ ਹੈ, ਉਹਦੇ ਸੋਫਟ ਕਾਪੀਆਂ ਗਈਆਂ ਹੋਈਆਂ, ਉਹਦੀਆਂ ਹਾਰਡ ਕਾਪੀਆਂ ਗਈਆਂ ਹੋਈਆਂ, ਹਾਰਡ ਕਾਪੀ ਬਾਦਲ ਸਾਹਿਬ ਨੂੰ ਗਈ ਆ, ਚੀਫ ਸੈਕਟਰੀ ਨੂੰ ਗਈ ਆ, ਪ੍ਰਿੰਸੀਪਲ ਸੈਕਟਰੀ ਨੂੰ ਗਈ ਆ, ਮਨਪ੍ਰੀਤ ਨੂੰ ਗਈ ਆ, ਆਪ ਦੇ ਕੇਜਰੀਵਾਲ ਨੂੰ ਗਈ ਹੋਈ ਆ, ਹੈਂ, ਇਹ ਸਾਰੀਆਂ ਪਾਰਟੀਆਂ ਨੂੰ ਮੈਂ ਉਹ ਪਾਰਟੀਆਂ ਦਿੱਤੀਆਂ। ਮੰਨਦੇ ਕਿਉਂ ਨਹੀਂ ਫਿਰ? ਉਹ ਗੱਲ ਹੀ ਨਹੀਂ ਕਰਨ ਤਿਆਰ ਪਾਵਰ 'ਚ ਆਉਣ ਤੋਂ ਬਾਅਦ। ਦੇਖੋ ਇੱਕ ਸਾਡਾ ਸਿਸਟਮ ਐਸਾ ਬਣਿਆ ਹੋਇਆ ਕਿ ਜਿੰਨੀ ਦੇਰ ਬੰਦੇ ਓਪੋਜੀਸ਼ਨ 'ਚ ਆ ਨਾ, ਉਹ ਤੁਹਾਡੀ ਗੱਲ ਬੜੀ ਧਿਆਨ ਨਾਲ ਸੁਣਦੇ, ਜਾਂ ਲੱਗਦੇ ਆ ਵੀ ਤੁਹਾਡੇ ਨਾਲ ਸੁਣਦੇ ਆ, ਹੈਂ, ਉਹਦਾ ਨਾਂ ਸੁਣ, ਪਰ ਜਦ ਇਹ ਪਾਵਰ 'ਚ ਆ ਜਾਂਦੇ ਆ ਨਾ, ਉਹ ਦਰਵਾਜ਼ੇ ਬੰਦ ਕਰ ਲੈਂਦੇ ਆ, ਫਿਰ ਕਿਸੇ ਦੀ ਸੁਣਦੇ ਹੀ ਨਹੀਂ। ਫਿਰ ਮੈਨੂੰ ਸਮਝ ਲੱਗਦੀ ਇਹਨਾਂ ਨੂੰ ਹੋ ਕੀ ਜਾਂਦਾ ਉਦੋਂ ਬਾਅਦ। ਅਸਲੀ ਗੱਲ ਪ੍ਰੋਬਲਮ ਹੈ ਇਹ ਜਿਹੜਾ ਸੈਟ ਆਫ ਪੋਲੀਟੀਸ਼ੀਅਨ ਹੈ ਕਿਸੇ ਪਾਰਟੀ ਦਾ, ਇਹ ਸਭ ਇੱਕ ਹੀ ਚੈਲੀ ਕੇ ਚੱਟੇ ਮੱਠੇ ਹੈ। ਇਹਨਾਂ ਦੇ ਪਰਸਨਲ ਇੰਟਰਸਟ ਹੈ, ਸਟੇਟ ਦਾ ਇੰਟਰਸਟ ਨਹੀਂ, ਲੋਕਾਂ ਦੀ ਨੀਅਤ ਨਹੀਂ ਹੈਗੀ, ਨਹੀਂ ਇੰਟਰਸਟ ਨਹੀਂ ਸਟੇਟ ਦਾ, ਉਹ ਜੋ ਡਰਾਮੇ ਕਰਦੇ ਨੇ ਬਾਕੀ ਸਾਰੇ, ਹਾਂ, ਇਹ ਤਾਂ ਪੈਸਾ ਲੁੱਟਣ 'ਤੇ ਲੱਗੇ ਹੋਏ ਆ ਸਾਰੇ ਪਾਸੇ। ਹੁਣ ਕਿਸੇ ਨੂੰ ਬਲੇਮ ਕਰਨਾ ਤਾਂ ਨਾਂ ਲੈ ਕੇ ਬੜਾ ਔਖਾ। ਮੈਨੂੰ ਦੱਸੋ ਤਾਂ ਤੁਸੀਂ ਦੇਖੋ, ਇਲੈਕਸ਼ਨ ਕਮਿਸ਼ਨ ਨੇ ਕਿਹਾ ਬਈ 70 ਲੱਖ ਤੱਕ ਪੈਸਾ ਜਿਹੜਾ ਖਰਚਣਾ ਜਿਹੜਾ ਲੀਗਲ ਹੈ, ਠੀਕ ਹੈ, ਇਹਦਾ ਮਤਲਬ ਕਿਸੇ ਕੋਲ ਘੱਟੋ ਘੱਟ ਨਹੀਂ 70 ਲੱਖ ਹੋਊਗਾ ਤਾਂ ਲੜੂਗਾ ਨਾ, ਗਰੀਬ ਆਦਮੀ ਤਾਂ ਬਾਹਰ ਹੋ ਗਿਆ।
ਮਿਡਲ ਕਲਾਸ 'ਚ ਕੋਈ ਲੜ ਸਕਦਾ, ਕੋਈ ਪੜ੍ਹਿਆ ਲਿਖਿਆ ਲੜ ਸਕਦਾ? ਹੈ, ਇਹ ਤਾਂ ਪੈਸੇ ਵਾਲੇ ਦਾ ਖੇਡ ਹੋ ਗਿਆ। ਜਿਹਨੇ ਤੁਸੀਂ ਦੇ ਰਹੇ ਹੋ ਉਹਨਾਂ ਮਿਡਾਲੀਆਂ ਦੀਆਂ ਹਜ਼ਾਰਾਂ ਕਰੋੜਾਂ ਵਿੱਚ, ਸੈਂਕੜੇ ਕਰੋੜਾਂ ਵਿੱਚ ਉਹਨਾਂ ਦੀ ਪ੍ਰਾਪਰਟੀ ਹੈ। ਅਮੀਰ ਲੋਕ ਨੇ ਉਹ ਪੈਸਾ ਖਰਚਦੇ ਆ, ਪੈਸਾ ਕਮਾਉਂਦੇ ਆ। ਸਟੇਟ, ਮੈਨੂੰ ਲੋਕਾਂ ਦਾ ਇੰਟਰਸਟ ਕਿੱਥੋਂ ਆ? ਗਰੀਬੀ ਤੁਰੀ ਫਿਰਦੀ ਆ, ਅਨਇੰਪਲਾਇਮੈਂਟ ਤੁਰੀ ਫਿਰਦੀ ਆ, ਇਹ ਸਭ ਕੁਝ ਜਿਹੜਾ ਹੈਗਾ ਉਹਦੇ ਵੱਲ ਨੂੰ ਤਾਂ ਕੋਈ ਧਿਆਨ ਨਹੀਂ ਦਿੰਦਾ, ਉਹ ਡਰਾਮੇਬਾਜ਼ੀਆਂ ਹੁੰਦੀਆਂ ਸਾਰੀਆਂ। ਬਹੁਤ ਧੰਨਵਾਦ ਜੌਲ ਸਾਹਿਬ ਗੱਲਬਾਤ ਕਰਨ ਵਾਸਤੇ ਸਾਡੇ ਨਾਲ। ਚਲੋ, ਮੈਂ ਤੁਸੀਂ ਮੇਰੀ ਗੱਲਬਾਤ ਸੁਣ ਲਈ ਆ, ਹੋਰ ਤਾਂ ਕੋਈ ਸੁਣਦਾ ਨਹੀਂ ਇੱਥੇ, ਜਿਹੜਾ ਬੰਦਾ ਪਾਵਰ 'ਚ ਉਹਦਾ ਸੁਣਦਾ ਨਹੀਂ। ਹੈਂ, ਲੋਕ ਸੁਣਦੇ ਆ, ਤੁਸੀਂ ਵੀ ਸੁਣ ਲਿਆ, ਥੈਂਕ ਯੂ ਵੈਰੀ ਮੱਚ, ਬਹੁਤ ਬਹੁਤ ਸ਼ੁਕਰੀਆ। ਸਰਦਾਰਾ ਸਿੰਘ ਜੌਲ ਸਾਹਿਬ, ਇੰਟਰਵਿਊ ਤੋਂ ਪਹਿਲਾਂ ਜਦੋਂ ਮੈਂ ਸਵਾਲ ਕੀਤਾ ਕਿ ਤੁਹਾਡੀ ਉਮਰ 94 ਸਾਲ ਹੋਊਗੀ, ਤਾਂ ਉਹਨਾਂ ਨੇ ਕਿਹਾ ਕਿ ਇੰਨਾ ਬੁੱਢਾ ਮੈਨੂੰ ਕਿਉਂ ਕਹਿ ਰਹੇ ਹੋ, ਮੈਂ 92 ਸਾਲ ਦਾ। ਸੋ ਇਸ ਤਰ੍ਹਾਂ ਦੀ ਤਬੀਅਤ ਦੇ ਇਨਸਾਨ ਨੇ, ਪਰ 9 ਦਹਾਕਿਆਂ ਦਾ ਜਿਹੜਾ ਇਤਿਹਾਸ ਹੈ, 9 ਦਹਾਕਿਆਂ ਦਾ ਤਜ਼ਰਬਾ, ਇਹ ਆਪਣੇ ਅੰਦਰ ਸਮੋਈ ਬੈਠੇ ਆ, ਔਰ ਗਿਲਾ ਇਹਨਾਂ ਦੇ ਅੰਦਰ ਦਿਲ ਦੀ ਆਵਾਜ਼ ਇਹ ਹੈ ਕਿ ਮੇਰੀ ਸਰਕਾਰਾਂ ਜਦੋਂ ਪਾਵਰ 'ਚ ਆ ਜਾਂਦੇ ਇਹ ਲੋਕ ਉਦੋਂ ਗੱਲ ਨਹੀਂ ਸੁਣਦੇ, ਪਰ ਪੰਜਾਬ ਨੂੰ ਬਚਾਉਣ ਦੇ ਲਈ ਜੋ ਤਹੱਈਆ ਔਰ ਜੋ ਗੱਲ ਹੋਣੀ ਚਾਹੀਦੀ ਹੈ ਉਹ ਹਮੇਸ਼ਾ ਤੋਂ ਇਹ ਆਵਾਜ਼ ਚੁੱਕਦੇ ਆਏ ਹੈ। ਜੀ, ਇੱਕ ਮੈਂ ਅਪੀਲ ਕਰੀ, ਉੱਥੇ ਮੰਨ ਕਰੋ, ਇੱਕ ਅਪੀਲ, ਜੇ ਮੇਰੀ ਅਪੀਲ ਤੁਸੀਂ ਭੇਜ ਦਿਓ, ਗੌਰਮੈਂਟ ਨੇ ਤਾਂ ਪਾਣੀਆਂ ਬਾਰੇ ਕੱਖ ਨਹੀਂ ਕਰਨਾ ਪੰਜਾਬ ਦੇ, ਜਿਹੜਾ ਅੰਡਰਗਰਾਊਂਡ ਵਾਟਰ ਹੈ। ਮੇਰੀ ਅਪੀਲ NRIs ਨੂੰ ਆ, NRIs ਦੀ ਜਿਹੜੀ ਆ ਜ਼ਮੀਨਾਂ ਨੇ ਹਰ ਪਿੰਡ ਦੇ ਵਿੱਚ ਪੰਜਾਬ ਦੇ ਤਕਰੀਬਨ 20% ਤਾਂ ਹੈਗੀ ਆ, ਕਈਆਂ ਤਾਂ 50% ਦੇ ਉੱਤੇ ਆ। ਇੱਕ, ਅਗਰ ਉਹ ਪੰਜਾਬ ਦਾ ਭਲਾ ਚਾਹੁੰਦੇ ਆ, ਤਾਂ ਮੇਰੀ ਅਪੀਲ ਮੈਂ ਫੇਸਬੁੱਕ 'ਤੇ ਪਾਈ ਆ, ਅਦਰਵਾਈਜ਼ ਵੀ ਕੁਛ ਔਰਗਨਾਈਜੇਸ਼ਨ ਨੂੰ ਕਿਹਾ, ਮੇਰੀ ਅਪੀਲ ਇਹਨੂੰ ਹੈ ਕਿ ਜਿਹੜੀ ਤੁਸੀਂ ਜ਼ਮੀਨ ਠੇਕੇ ਦਿੰਦੇ ਹੋ ਨਾ, ਤੁਹਾਨੂੰ ਇੱਕ ਸ਼ਰਤ ਲਾ ਕੇ ਦੇ ਦਿਓ ਕਿ ਵੀ ਤੁਹਾਡੀ ਜ਼ਮੀਨ ਦੇ ਉੱਤੇ ਚੌਲ ਨਹੀਂ ਗਰੋ ਹੋਣਗੇ। ਉਹਦਾ ਕੀ ਇਫੈਕਟ ਹੋਏਗਾ ਕਿ ਤੁਹਾਡਾ ਠੇਕਾ ਘੱਟ ਜੂ, ਤੁਸੀਂ ਅਫੋਰਡ ਕਰ ਸਕਦੇ ਹੋ, ਕੋਈ ਤੁਹਾਡੇ ਵਾਸਤੇ ਐਡੀ ਪ੍ਰੋਬਲਮ ਨਹੀਂ। ਅਗਰ 1/3 ਘੱਟ ਗਿਆ, ਜੀਵਨ ਅੱਧਾ ਵੀ ਰਹਿ ਗਿਆ, ਤਾਂ ਕੋਈ ਪ੍ਰੋਬਲਮ ਨਹੀਂ। ਇੰਨੇ ਕੁ ਪੈਸੇ ਦੀ ਆਪਣੀ ਜਿਹੜੀ ਹੈਗੀ ਆ, ਜਿਸ ਮਿੱਟੀ 'ਚੋਂ ਤੁਸੀਂ ਉੱਗੇ ਹੋ ਉਹਦੇ ਵਾਸਤੇ ਦੇ ਦਿਓ, ਕੀ ਪ੍ਰੋਬਲਮ ਪੈਂਦੀ ਆ, ਉਹਦਾ ਐਡਵਾਂਟੇਜ ਕੀ ਹੋਏਗਾ? ਘੱਟੋ ਘੱਟ 20% ਅੱਬਲ ਦੇ ਦੂਰ 'ਤੇ ਜਿਹੜੀ ਜ਼ਮੀਨ ਹੈ ਉਹ ਚੌਲਾਂ ਥੱਲੋਂ ਨਿਕਲ ਜਾਊਗੀ, ਜਿਹੜਾ ਵਾਟਰ ਬੈਲੈਂਸ ਹੈ ਪੰਜਾਬ ਦਾ ਠੀਕ ਹੋ ਜਾਊਗਾ। ਹੈਂ, ਅਤੇ ਉਹਦੇ ਨਾਲ ਤੁਹਾਡੀ ਜ਼ਮੀਨ ਦੀ ਕੁਆਲਿਟੀ ਵੀ ਇੰਪਰੂਵ ਹੋ ਜਾਵੇਗੀ। ਅਤੇ ਇਹ ਅਗਰ ਤੁਸੀਂ ਸੈਕਰੀਫਾਈਸ ਕਰਦੇ ਹੋ, ਮੇਰੀ NRI ਜਿਹੜੇ USA 'ਚ ਬੈਠੇ ਆ, ਜਿਹੜੇ ਇੰਗਲੈਂਡ 'ਚ ਬੈਠੇ ਆ, ਜਿਹੜੇ ਯੂਰਪ ਆ, ਉਹਨਾਂ ਨੂੰ ਮੇਰੀ ਅਪੀਲ ਹੈ, ਜੇ ਮੇਰੀ ਉਹ ਸੁਣ ਲੈਣ, ਤਾਂ ਇਹ ਪੰਜਾਬ ਦੀ ਅਗਰ ਇਹ ਸੇਵਾ ਕਰ ਦੇਣ, ਤਾਂ ਪੰਜਾਬ ਦਾ ਪਾਣੀ ਬਚ ਸਕਦਾ, ਪੰਜਾਬ ਦਾ ਵਾਟਰ ਬੈਲੈਂਸ ਜਿਹੜਾ ਠੀਕ ਹੋ ਸਕਦਾ। ਬਹੁਤ ਧੰਨਵਾਦ ਗੱਲਬਾਤ ਕਰਨ ਵਾਸਤੇ। ਪੰਜਾਬ ਦੇ ਪਾਣੀ ਬਚਾਉਣ ਵਾਸਤੇ ਇੱਕ NRIs ਨੂੰ ਅਪੀਲ ਹੈ ਜੌਲ ਸਾਹਿਬ ਦੀ, ਕਿ ਆਪਣੀ ਜਿਹੜੀ ਤੁਹਾਡੀ ਜ਼ਮੀਨ ਹੈ ਉਹਦੇ 'ਤੇ ਚੌਲ ਨਾ ਬੀਜਿਆ ਜਾਵੇ, ਝੋਨਾ ਨਾ ਬੀਜਿਆ ਜਾਵੇ, ਸਿਰਫ ਇਹ ਤਹੱਈਆ ਕਰ ਲੈਣ ਤਾਂ ਪੰਜਾਬ ਦਾ ਪਾਣੀ ਜਿਹੜਾ ਹੈ ਉਹ ਬਚਾਇਆ ਜਾ ਸਕਦਾ ਹੈ। ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨਜੋਤ ਸਿੰਘ, ਡੇਲੀ ਪੋਸਟ, ਲੁਧਿਆਣਾ।